ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ ਜਣੇ? ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਟਾਈਮ ਹੈਗਾ ਜੀ ਦੁਪਹਿਰ ਦਾ, ਅਤੇ ਮੈਂ ਨਹਾ ਕੇ ਆ ਚੁੱਕੀ ਹਾਂ, ਕੰਮ ਸਾਰੇ ਆਪਣੇ ਖਤਮ ਹੋ ਚੁੱਕੇ ਨੇ। ਬਸ ਹੁਣ ਆਪਾਂ ਜਿਹੜਾ ਬਲੌਗ ਅੱਜ ਸ਼ੁਰੂ ਕਰ ਰਹੇ ਹਾਂ, ਦੁਪਹਿਰ ਤੋਂ ਸ਼ੁਰੂ ਕਰ ਰਹੇ ਹਾਂ, ਟਾਈਮ ਇੱਥੇ ਹੋ ਰਿਹਾ 1 ਵਜਣ ਵਾਲਾ। ਅਤੇ ਆਪਾਂ ਕਰਨ ਲੱਗੇ ਸੀਗੇ ਲੰਚ ਦੀ ਪ੍ਰਿਪਰੇਸ਼ਨ, ਅਤੇ ਲੰਚ ਦੇ ਵਿੱਚ ਜ਼ਿਆਦਾ ਕੁਛ ਤਾਂ ਨਹੀਂ, ਅੱਜ ਲੱਗੇ ਸੀਗੇ ਨਮਕੀਨ ਚੌਲ ਬਣਾਉਣ। ਅਤੇ ਪ੍ਰੀਤ ਆਪਣੀ ਆ ਜਿਹੜੀ ਸਟੱਡੀ ਕਰਦਾ ਪਿਆ ਸੀਗਾ, ਲਿੱਲੀ ਇੱਥੇ ਸੋ ਰਹੀ ਹੈ, ਅਤੇ ਪੂਜਾ ਜਿਹੜੀ ਹੁਣੇ ਨਹਾ ਕੇ ਆਈ ਸੀਗੀ, ਉਹ ਚੱਲੀ ਸੀਗੀ ਆਲੂ ਪਿਆਜ਼ ਕੱਟਣ। ਅਤੇ ਠੀਕ ਹੈ ਗਾਈਜ਼, ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਤਾਂ ਬਲੌਗ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ, ਬਹੁਤ ਵਧੀਆ ਲੱਗਦਾ ਮੈਨੂੰ ਤੁਹਾਡੇ ਕਮੈਂਟ ਪੜ੍ਹ ਕੇ। ਐਂਡ ਹਾਂ, ਮੈਨੂੰ ਇਹ ਵੀ ਦੱਸੋ ਕਿ ਮੈਂ ਪੰਜਾਬੀ ਦੇ ਵਿੱਚ ਬਲੌਗਿੰਗ ਕਰ ਰਹੀ ਹਾਂ, ਤੁਹਾਨੂੰ ਕਿਵੇਂ ਲੱਗ ਰਹੇ ਨੇ ਮੇਰੇ ਬਲੌਗ? ਪਲੀਜ਼, ਤੁਸੀਂ ਬਿਲਕੁਲ ਵੀ ਸਪੋਰਟ ਨਹੀਂ ਕਰ ਰਹੇ, ਅਤੇ ਵਿਊਜ਼ ਵੀ ਬਹੁਤ ਘੱਟ ਆ ਰਹੇ ਨੇ, ਅਤੇ ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ। ਠੀਕ ਹੈ ਗਾਈਜ਼, ਅਤੇ ਦਿਨ ਹੈਗਾ ਅੱਜ, ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ, ਦਿਨ ਹੈਗਾ ਅੱਜ ਸੋਮਵਾਰ। ਅਤੇ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਲਾਈਵ ਹੀ ਬਲੌਗ ਪਾਵਾਂ ਤੁਹਾਡੇ ਨਾਲ, ਸਾਰਿਆਂ ਦੇ ਨਾਲ ਸ਼ੇਅਰ ਕਰਾਂ, ਅਤੇ ਦੇਖਦੇ ਹਾਂ ਗਾਈਜ਼ ਬਾਕੀ। ਅਤੇ ਚਲੋ ਠੀਕ ਹੈ ਗਾਈਜ਼, ਤੁਸੀਂ ਬਲੌਗ ਦੇ ਨਾਲ ਜੁੜੇ ਰਹੋ, ਅਤੇ ਅਸੀਂ ਵੀ ਜਿਹੜਾ ਆਪਣਾ ਕੰਮ ਕਰਦੇ ਹਾਂ ਫਟਾਫਟ। ਲਓ ਜੀ, ਪੂਜਾ ਤੁਹਾਨੂੰ ਦੇਖਿਆ ਸੀਗਾ ਪਿਛਲੇ ਬਲੌਗਾਂ ਦੇ ਵਿੱਚ ਕਿ ਛੱਤ ਦੇ ਉੱਤੇ ਰੱਖੇ ਹੋਏ ਸੀਗੇ ਆਲੂ ਪਿਆਜ਼, ਅਤੇ ਪਿਆਜ਼ ਤਾਂ ਪੌੜੀਆਂ ਦੇ ਨੀਚੇ ਹੀ ਰੱਖੇ ਹੋਏ ਨੇ, ਅਤੇ ਆਲੂ ਜਿਹੜੇ ਨੇ ਉੱਪਰ ਰੱਖੇ ਹੋਏ ਸੀਗੇ, ਅਤੇ ਪੂਜਾ ਚੱਕ ਕੇ ਲੈ ਕੇ ਆਈ ਸੀਗੀ। ਅਤੇ ਹੁਣ ਕਰਦੇ ਪਏ ਹਾਂ ਅਸੀਂ ਆਲੂ ਪਿਆਜ਼ ਦੀ ਕਟਿੰਗ, ਸਿੰਪਲ ਜਿਹੀ ਬਣਾ ਰਹੇ ਹਾਂ ਕਿ ਗਰਮੀ ਆ, ਰੋਟੀ ਖਾਣ ਨੂੰ ਦਿਲ ਨਹੀਂ ਕਰਦਾ, ਤਾਂ ਸੋਚਿਆ ਕੀ ਬਣਾਇਆ ਜਾਵੇ, ਫਿਰ ਸੋਚਿਆ ਚੌਲ ਬਣਾਉਂਦੇ ਹਾਂ ਕਿਉਂਕਿ ਬਹੁਤ ਈਜ਼ੀ ਬਣ ਜਾਂਦੇ ਨੇ, ਜਲਦੀ ਬਣ ਜਾਂਦੇ ਨੇ। ਮੰਮੀ ਹੈ ਨਹੀਂ, ਮੰਮੀ ਗਏ ਨੇ ਨਾਨਕੇ, ਅਤੇ ਬਸ ਅਸੀਂ ਤਿੰਨੋਂ ਹੀ ਸੀਗੇ, ਮੈਂ, ਪ੍ਰੀਤ, ਪੂਜਾ। ਤਾਂ ਬਸ ਗਾਈਜ਼, ਧੁੱਪ ਬਹੁਤ ਜ਼ਿਆਦਾ, ਬਾਹਰ ਦੇਖੋ ਬਹੁਤ ਹੀ ਜ਼ਿਆਦਾ। ਅਤੇ ਕੱਲ੍ਹ ਤਾਂ ਫਿਰ ਵੀ ਥੋੜ੍ਹਾ ਮੌਸਮ ਵਧੀਆ ਸੀਗਾ, ਬਟ ਅੱਜ ਤਾਂ ਬਸ ਪੁੱਛੋ ਹੀ ਨਾ, ਸੇਮ ਸਿਚੁਏਸ਼ਨ ਆ ਜੋ ਹਮੇਸ਼ਾ ਹੀ ਹੁੰਦੀ ਹੈ ਗਰਮੀ। ਮੈਗੀ ਮਸਾਲਾ ਤਾਂ ਨਹੀਂ ਹੈਗਾ ਆਪਣੇ? ਹੈਗਾ ਮੈਨੂੰ ਲੱਗਦਾ, ਫ੍ਰਿਜ 'ਚ ਪਕੌੜੇ ਬਣਾਏ ਸੀ ਕੱਲ੍ਹ, ਥੋੜ੍ਹਾ ਬਚਿਆ ਹੋਇਆ ਸੀ ਸ਼ਾਇਦ। ਪਤਾ ਨਾ ਕੈਮਰਾ ਫੋਕਸ ਨਹੀਂ ਕਰਦਾ ਹੈਗਾ। ਅੱਜ ਮੈਂ ਵੀ ਡੀਟੌਕਸ ਵਾਟਰ ਬਣਾਇਆ, ਗਲੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਜਦੋਂ ਵੀ ਮੈਂ ਬੋਲਣ ਲੱਗਦੀ ਹਾਂ। ਅਤੇ ਗਾਈਜ਼, ਇਹ ਮੈਂ ਡੀਟੌਕਸ ਵਾਟਰ ਬਣਾਇਆ, ਇਸਦੇ ਵਿੱਚ ਮੈਂ ਖੀਰਾ ਅਤੇ ਲੈਮਨ ਕੱਟ ਕੇ ਪਾਇਆ। ਇਹਨੂੰ 1 ਘੰਟਾ ਆਪਾਂ ਇੱਦਾਂ ਹੀ ਰੱਖ ਦਾਂਗੇ, ਉਸ ਤੋਂ ਬਾਅਦ ਹੈ ਜਿਹੜੇ ਇਹਨੂੰ ਪੀਵਾਂਗੇ। ਅਤੇ ਇਸ ਕਮਰੇ ਦੇ ਵਿੱਚ ਏਸੀ ਚੱਲਦਾ ਪਿਆ, ਅਤੇ ਦੁੱਧ ਗਰਮ ਕੀਤਾ ਸੀਗਾ, ਅਤੇ ਇਸ ਕਰਕੇ ਦੁੱਧ ਨੂੰ ਇੱਥੇ ਰੱਖਦੇ ਪਏ ਹਾਂ, ਦੁੱਧ ਠੰਡਾ ਹੋ ਜਾਏਗਾ, ਉਸ ਤੋਂ ਬਾਅਦ ਆ ਜਿਹੜਾ ਫਰਿੱਜ ਦੇ ਵਿੱਚ ਰੱਖ ਦਾਂਗੇ, ਇਸ ਕਰਕੇ। ਢੱਕਣ ਖੋਲਿਆ ਨਹੀਂ ਸੀਗਾ ਇਹਦਾ, ਬਸ ਥੋੜ੍ਹਾ ਜਿਹਾ ਕੱਢਿਆ ਸੀ, ਇਸ 'ਚ ਡੱਬੇ 'ਚ ਕੱਢਿਆ ਸੀ, ਉਹ ਵਾਲਾ ਕੱਢਣ ਵਾਲਾ ਹਜੇ, ਹੋਰ ਦੇਸੀ ਥੋੜਾ
ਕਜ਼ਨ ਦਾ ਜਨਾਲ ਦੇ ਲੈਣੀ ਆ ਮੈਂ ਇਦਾਂ ਹੀ ਫੁੱਲਦੇ ਨੇ ਕਿਵੇਂ ਬਣਦੇ ਮੰਮੀ ਨੇ ਬਣਾਏ ਸੀਗੇ ਆਪਾਂ ਬਣਾਏ ਬਸ ਬਚਨ ਨਾ ਵੇਸਟ ਨਾ ਹੋਣ ਚਲੋ ਹੋਰ ਤਾਂ ਕੋਈ ਨਹੀਂ ਅੱਜ ਦਾ ਬਲੌਗ ਹੈ ਨਾ ਜਿਹੜਾ ਮੈਂ ਸੋਚਿਆ ਮੈਂ ਤੁਹਾਨੂੰ ਰੀਅਲ ਸਾਊਂਡ ਦੇ ਵਿੱਚ ਹੀ ਕਰਾਂ ਅੱਜ ਮੈਂ ਵੋਇਸ ਓਵਰ ਨਹੀਂ ਕਰਦੀ ਹੈਗੀ ਅਤੇ ਮੈਂ ਸੋਚਿਆ ਅੱਜ ਸਾਰਾ ਕੁਛ ਆਪਾਂ ਜਿਹੜਾ ਰੀਅਲ ਸਾਊਂਡ ਦੇ ਵਿੱਚ ਕਰੀਏ ਅਤੇ ਆਪਣਾ ਰਿਫਾਈਂਡ ਹੈ ਜਿਹੜਾ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਜੀਰਾ ਨਹੀਂ ਇਹਦੇ ਨਵੇਂ ਨੇ ਟਮਾਟਰ ਪਿਛਲੇ ਮੰਡੇ ਨਹੀਂ ਉਸ ਤੋਂ ਪਹਿਲਾਂ ਕੁਛ ਕਿੰਨੀ ਸੋਹਣੀ ਆ ਰਹੀ ਹੈ ਜੀਰੇ ਦੀ
ਲੈਣੀ ਹੈ ਫੋਨ। ਪੈਕਟ ਜੋ ਖੋਲ ਨਹੀਂ ਸੀਗਾ ਇਹ ਪ੍ਰੀਤ ਨੇ ਬੰਦ ਕਰਤਾ ਸੀਗਾ ਦੁਬਾਰਾ। ਥੋੜਾ ਜਿਹਾ ਆਪਾਂ ਪਾ ਰਹੇ ਹਾਂ ਗਰਮ ਮਸਾਲਾ, ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ, ਇਹਨਾਂ ਨਾਲ ਟੇਸਟ ਵਧੀਆ ਆ ਜਾਊਗਾ। ਜਿਹੜੀ ਮਿਰਚਾਂ ਅਸੀਂ ਪਾਈਆਂ ਨੇ ਪੋਕੀਆਂ ਜਿਹੀਆਂ ਨਹੀਂ, ਇੰਨੀਆਂ ਕੌੜੀਆਂ ਨਹੀਂ ਹੈਗੀਆਂ, ਇਸ ਕਰਕੇ ਫਿਰ ਮੈਂ ਥੋੜੀਆਂ ਜਿਹੀਆਂ ਨਾ ਕਾਲੀਆਂ ਮਿਰਚਾਂ ਪਾ ਰਹੀ ਹਾਂ ਤਾਂ ਕਿ ਥੋੜ੍ਹੇ ਸਪਾਈਸੀ ਹੋ ਜਾਣ ਚੌਲ। ਅਤੇ ਨਾਲ ਦੀਦੀ ਅੱਜ ਕੱਲ੍ਹ ਆ ਵੀ ਨਹੀਂ ਰਹੀਆਂ ਤਿੱਖੀਆਂ ਮਿਰਚਾਂ, ਹੋਰ ਮਜ਼ਾ ਵੀ ਨਹੀਂ ਆ ਰਿਹਾ ਸਬਜ਼ੀ ਖਾਣ ਦਾ। ਥੋੜ੍ਹੀ ਜਿਹੀ ਪਾਉਂਦੇ ਹਾਂ ਹਲਦੀ, ਹਲਦੀ ਪਹਿਲਾਂ ਕਿੰਨਾ ਖਾਂਦੇ ਹੁੰਦੇ ਸੀ ਹਲਦੀ, ਤੇਰਾ ਵਿਆਹ ਜਲਦੀ, ਥੋੜ੍ਹੀ ਜਿਹੀ ਪਾਵਾਂਗੇ ਕਲਰ ਦੇਣ ਵਾਸਤੇ, ਜ਼ਿਆਦਾ ਹੀ ਬੈਗ ਵਿੱਚ ਥੋੜ੍ਹੀ ਪਾਣੀ ਸੀ। ਚੱਲ ਕੋਈ ਦੇਖੋ ਗਾਈ ਟ੍ਰੇਂਡ ਨਹੀਂ ਹੋਇਆ ਲੋ। ਚਲੋ ਜੀ ਅਸੀਂ ਕਰਨ ਲੱਗੇ ਸੀਗੇ ਲੰਚ, ਚੌਲ ਬਣ ਗਏ ਸੀ, ਬਹੁਤ ਹੀ ਦੇਖਣ 'ਚ ਤਾਂ ਯੰਮੀ ਲੱਗ ਰਹੇ ਨੇ, ਬਾਕੀ ਖਾ ਕੇ ਪਤਾ ਚੱਲੂਗਾ। ਅਤੇ ਨਾਲ ਅਸੀਂ ਖੀਰੇ ਥੋੜ੍ਹੇ ਪਿਆਜ਼ ਕੱਟੇ ਨੇ ਅਤੇ ਨਾਲ ਲੱਸੀ। ਥੋੜ੍ਹੀ ਪਾਈ ਮੈਨੂੰ ਤਾਂ ਅਤੇ ਲੀਲੀ ਪੀਂਦੀ ਪਈ ਹੈ ਦੁੱਧ, ਇਹ ਵੀ ਕਰਦੀ ਪਈ ਆਪਣਾ ਲੰਚ। ਦੱਸੋ ਮੈਨੂੰ ਕਿਵੇਂ ਦੇ ਬਣੇ ਨੇ, ਮੈਂ ਵੇਟ ਨਹੀਂ ਕਰਨੀ ਹੈਗੀ, ਮੈਨੂੰ ਭੁੱਖ ਲੱਗ ਰਹੀ ਹੈ, ਤੁਸੀਂ ਖਾਓ ਮੈਂ, ਦੱਸੋ ਮੈਨੂੰ ਕਿਵੇਂ ਬਣੇ ਨੇ। ਵਲੌਗ ਕਰਕੇ ਤਾਂ ਨਹੀਂ ਕਹਿ ਰਹੇ ਸੱਚੀ, ਫਿੱਕੇ ਨਹੀਂ ਥੋੜ੍ਹੇ ਲਾਈਟ ਹੀ ਰੱਖੇ ਨੇ ਬਸ ਸਪਾਈਸੀ ਜੇ, ਇਹਨੂੰ ਮੁੰਡੇ ਨੂੰ ਕੁਛ ਖਾਣ ਦਾ ਪਤਾ ਹੀ ਨਹੀਂ ਹੈਗਾ, ਇਹਨੂੰ ਤਾਂ ਨਮਕ ਵਾਲੀਆਂ ਹੋਣ, ਬਸ ਨੂਣ ਜ਼ਿਆਦਾ ਹੋਵੇ ਚੀਜ਼ਾਂ ਦਾ। ਲਓ ਜੀ ਮੈਂ ਵੀ ਲੱਗੀ ਹਾਂ ਖਾਣ, ਤੂੰ ਮੈਂ ਦੱਸਣਾ ਪਾਈ ਖੀਰੇ 'ਚ, ਮੈਨੂੰ ਵਧੀਆ ਲੱਗਦਾ ਨਿੰਬੂ ਇੱਦਾਂ। ਪ੍ਰੀਤ ਕਟਵਾਇਆ ਕਿਉਂ ਪਿਆਜ਼ ਜੇ ਖਾਣਾ ਹੀ ਨਹੀਂ? ਮੈਨੇ ਇੱਕ ਕਿਹਾ ਸੀ ਪਿਆਜ਼ ਕੱਟਣ ਨੂੰ, ਇੱਕੋ ਹੀ ਆ, ਇੱਕ ਨਹੀਂ ਹੈਗਾ ਇਹ। ਗਾਇਜ਼ ਅਸੀਂ ਸੋ ਕੇ ਉੱਠੇ ਸੀਗੇ ਅਤੇ ਚਾਹ ਪੀ ਰਹੇ ਸੀਗੇ, ਸਿਸਟਰ ਆ ਗਈ ਸੀਗੀ ਅਤੇ ਸਿਸਟਰ ਨੇ ਲਈ ਸੀਗੀ ਐੱਲ ਈ ਡੀ,
ਉਹਦੀ ਖੁਸ਼ੀ ਦੇ ਵਿੱਚ ਇਹ ਮਿਠਾਈ ਲੈ ਕੇ ਆਈ ਸੀ, ਬਸ ਉਹੀ ਅਸੀਂ ਖਾਂਦੇ ਪਏ ਸੀ। ਚਲੋ ਗਾਈਸ, ਪੂਜਾ ਚੱਲੀ ਸੀਗੀ ਜਿਮ ਤੇ ਸਿਸਟਰ ਵੀ ਜਾ ਰਹੀ ਸੀਗੀ ਘਰ, ਬੱਚੇ ਘਰ ਇਕੱਲੇ ਸੀਗੇ ਤੇ ਉਹਨਾਂ ਦੇ ਫੋਨ ਆ ਰਹੇ ਸੀਗੇ ਵੀ ਚੱਲਿਆ ਸੀਗਾ ਛੱਡਣ। ਚੱਕਦੇ ਭਾਂਡੇ ਪੂਜਾ, ਵੇਟ ਤਾਂ ਇੰਨਾ ਵਧਾ ਰੱਖਿਆ, ਸੂਟ ਕੀ ਸਵਾਹ ਆਉਣਾ। ਪੂਜਾ ਚੱਕ ਕੇ ਫੜਾ ਦੇ, ਪਹਿਲਾਂ ਫੜਾ ਦੇ। ਅੱਜ ਤਾਂ ਬੱਚੇ ਖੁਸ਼ ਹੋ ਜਾਣਗੇ, ਸਰਪ੍ਰਾਈਜ਼ ਮਿਲ ਗਿਆ ਸਾਨੂੰ। ਚਲੋ ਜਾਓ, ਚਲੋ ਠੀਕ ਹੈ ਗਾਈਜ਼, ਅੱਜ ਦੇ ਬਲੌਗ ਦਾ ਕਰਦੇ ਹਾਂ ਆਪਾਂ ਐਂਡ ਇੱਥੇ ਹੀ। ਆਈ ਹੋਪ ਤੁਹਾਨੂੰ ਇਹ ਬਲੌਗ ਚੰਗਾ ਲੱਗਿਆ ਹੋਊਗਾ, ਜੇ ਇਹ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਬਲੌਗ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ। ਇੱਕ ਪਿੰਪਲ ਦੇਖੋ ਮੇਰੇ ਕਿੱਥੇ ਹੋ ਗਿਆ, ਗਰਮੀ ਦੇ ਕਾਰਨ। ਅਤੇ ਪੂਜਾ ਵੀ ਚੱਲੀ ਸੀਗੀ ਜਿਮ, ਅਤੇ ਠੀਕ ਹੈ ਗਾਈਜ਼, ਮਿਲਦੇ ਹਾਂ ਫਿਰ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ, ਤਦ ਤੱਕ ਲਈ ਬਾਏ ਗਾਈਜ਼।